ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੀਤੂ ਜੀ ਵੈਲਕਮ ਜੀ, ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਇੰਡੀਆ ਦਾ ਮੈਚ ਚੱਲ ਰਿਹਾ ਹੈ ਨਾਮੀਬੀਆ ਦੇ ਨਾਲ, ਵੇਖੋ ਕੀ ਬਣਦਾ। ਪਰ ਮੈਨੂੰ ਲੱਗਦਾ ਕਿ ਨਾ ਤਾਂ ਹੁਣ ਤੁਹਾਡੀ ਫੁੱਟਬਾਲ ਦੀ ਟੀਮ ਵਰਲਡ ਵਾਈਡ ਹਰੂਗੀ ਅਤੇ ਨਾ ਹਰੂਗੀ ਹਾਕੀ ਦੀ, ਹਾਂਜੀ, ਕਿਉਂਕਿ ਟ੍ਰੇਨਿੰਗ ਯਾਪਤਾ ਜਿਹੜੇ ਨੇ ਖਿਡਾਰੀ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ। ਭਾਊ ਜੀ ਨੇ ਮਾਰੀ ਕਿੱਕ, ਭਾਊ ਮੈਂ ਕਰਕੇ ਕਹਿ ਰਿਹਾ ਕਿ ਪਿਛੋਕੜ ਮੁਝਾਇਰ ਆ, ਹਾਂਜੀ ਕਾਕਾ ਜੀ ਦਾ, ਅਤੇ ਸਿੱਧੀ ਗੋਲਾਂ 'ਚ ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਚੰਨੀ ਸਾਹਿਬ ਗੋਲਕੀਪਰਿੰਗ ਕਰ ਲੈਂਦੇ ਆ, ਵੇਖੋ ਭਾਊ ਜੀ ਕਿੱਥੇ ਰੱਖ, ਉਹ ਕਹਿੰਦੇ ਪ੍ਰਧਾਨ ਜੀ ਇੱਦਾਂ ਮਾਰੋ ਪਾਸੇ ਨੂੰ ਹੜ ਗਿਆ, ਲੁੱਡੀਆਂ ਪਾਉਂਦੇ ਜਾਂਦੇ ਖੇਡਦੇ, ਤੁਸੀਂ ਵੀਡੀਓ ਨਹੀਂ ਵੇਖ ਰਹੇ, ਮੈਂ ਤਾਂ ਵੀਡੀਓ ਵੇਖ ਰਿਹਾ ਨਾਲ, ਬਾਲ ਖੋਹਦਾ ਨਹੀਂ ਪ੍ਰਧਾਨ ਜੀ, ਕੋਈ ਯਤਨ ਹੋ ਰਿਹਾ, ਕੋਈ ਮਜਦਾ ਲਾਲ ਕੋਈ ਮਾਰੇ ਕਿੱਕ, ਪ੍ਰਧਾਨ ਜੀ ਇਹ ਆ ਰਿਹਾ ਫੜ, ਸਿੱਧੀ ਗਈ ਗੋਲਾਂ 'ਚ, ਗੋਲ ਮਾਰੋ ਤਾੜੀਆਂ। ਹਾਂਜੀ ਕੀ ਕਹਿਣਾ ਚਾਹੋਗੇ? ਪ੍ਰਧਾਨ ਜੀ ਦਾ ਗੋਲ ਆ, ਪ੍ਰਧਾਨ ਜੀ ਦਾ ਗੋਲ ਆ, ਹਾਂਜੀ ਪ੍ਰਧਾਨ ਦਾ ਗੋਲ ਵੀ ਕਿਹੜਾ ਰੋਕੇ ਹੁਣ? ਵੇਖੋ ਇਹ ਸਾਡੇ ਮਿੰਟੂ ਜੀ, ਇਹ ਸਾਡੇ ਉਹ ਪ੍ਰਧਾਨ ਜੀ ਨੇ ਜਦੋਂ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਾਰਾਜ ਦੇ ਹਜ਼ੂਰ ਚ ਬੈਠਾ ਹੋਇਆ, ਹਜ਼ੂਰੀਆ ਖੜਾ ਹੋ ਜਾਂਦਾ, ਇਹ ਤੇ ਫੇਰ ਗੋਲ ਸੀ। ਹਾਂਜੀ ਹਾਂਜੀ, ਗੱਲ ਇਹ ਆ ਕਿ ਵੈਸੇ ਚਲੋ ਉਹਨਾਂ ਨੇ ਇੱਕ ਗੋਲ ਕਰ ਲਿਆ, ਉਦਾਂ ਉਹਨਾਂ ਨੇ ਸੈਲਫ ਗੋਲ ਵੀ ਬਥੇਰੇ ਕੀਤੇ ਹੋਏ। ਆਹਾਂ ਠੀਕ 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 ਠੀਕ, ਮੈਨੂੰ ਲੱਗਦਾ ਕਿ ਹੁਣ ਇੰਡੀਆ ਦੀ ਟੀਮ ਨੂੰ ਕੋਈ ਨਹੀਂ ਹਰਾ ਸਕਦਾ, ਵੇਖੋ ਕਿਹੜੇ ਕਿਹੜੇ ਮਹਾਰਥੀ ਮੈਦਾਨ ਚ ਉਤਰੇ ਨੇ ਫੁੱਟਬਾਲ ਦੀ ਟੀਮ ਲਈ। ਖੈਰ ਸੰਭਾਵਿਕ ਤੌਰ ਤੇ ਹੀ ਸਹੀ ਖੇਡਣਾ ਚਾਹੀਦਾ, ਇਹ ਤਾਂ ਦੇਖੋ ਨਿੱਜੀ ਜ਼ਿੰਦਗੀ ਚ ਮੈਂ ਕਹਿੰਦਾ ਗਰਾਊਂਡ ਜਾਣਾ ਚਾਹੀਦਾ ਜੀ, ਚਾਹੇ ਤੁਸੀਂ ਕਿਸੇ ਵੀ ਖੇਤਰ ਚ ਹੋ, ਬਿਲਕੁਲ ਬਿਲਕੁਲ, ਜੇ ਗਰਾਊਂਡ ਜਾਓਗੇ ਨਾ ਤਾਂ ਬਹੁਤ ਕੁਝ ਮਿਲੇਗਾ, ਬਿਲਕੁਲ ਰਿਟਰਨ ਬਹੁਤ ਤਗੜਾ ਮਿਲੇਗਾ। ਡੈਫੀਨੇਟਲੀ ਜੀ ਡੈਫੀਨੇਟਲੀ, ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਜੀ ਆਪਾਂ ਗੱਲ ਕਰੀਏ, ਸਿੱਧੂ ਸਾਹਿਬ ਫੇਰ ਪੈ ਨਿਕਲੇ ਨੇ ਆਪਦੀ ਸਰਕਾਰ ਨੂੰ, ਫਿਰ ਕੀਤੀ CM ਨਾਲ ਮੁਲਾਕਾਤ, ਕਾਫੀ ਕੁਝ ਫੇਰ ਕੱਢ ਕੇ ਲਿਆਏ ਨੇ, ਕੀ ਕਾਰਨ ਹੈ ਕਿ ਨਾ ਨਹੀਂ ਜੱਗ ਜਾਹਰ ਹੋ ਰਹੇ, ਬੜਾ ਕੁਝ ਹੋਰ ਵੀ ਕਿਹਾ ਜਨਾਬ ਨੇ, ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ, ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਸੀਗੀ ਉਹ ਕਾਫੀ ਲੰਬੀ ਚੌੜੀ ਸੀਗੀ, ਮੇਰੇ ਖਿਆਲ ਦੇ ਨਾਲ ਆਲਮੋਸਟ ਅੱਧਾ ਘੰਟਾ ਜਿਹੜਾ ਉਹ ਲੈ ਗਏ ਨੇ, ਤੇ ਉਹਦੇ ਵਿੱਚ ਉਹਨਾਂ ਨੇ ਉਹੀ ਨੁਕਤੇ ਉਭਾਰੇ ਆ ਜਿਹੜੇ ਉਹ ਮੁਸਲਸਲ ਚੁੱਕਦੇ ਆਏ ਨੇ, ਮਸਲਨ ਕਿ ਦੇਖੋ ਜੀ ਇਹ ਵੀ ਬਦਲਣਾ ਚਾਹੀਦਾ, DGP ਬਦਲਣਾ ਚਾਹੀਦਾ, ਤੁਸੀਂ ਦੋਸ਼ੀਆਂ ਦੀ ਢਾਲ ਬਣ ਰਹੇ ਹੋ, ਤੁਸੀਂ ਸਜ਼ਾ ਨਹੀਂ ਦਿੱਤੀ, ਇੱਕ ਨੇ ਬਲੈਂਕਟ ਡੇਲ ਦਵਾਈ ਆ, ਇੱਕ ਨੇ ਸੁਖਬੀਰ ਸਿੰਘ ਬਾਦਲ ਨੂੰ ਕਲੀਨ ਚਿੱਟ ਦਿੱਤੀ ਆ, ਕਿਉਂ ਲਾਏ ਆ ਭਾਈ, ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ, ਤੇ ਉਹਨਾਂ ਨੇ ਜਿਹੜੀ ਗੱਲ ਕਹਿ ਲਓ ਕਿ ਘੁਮਾ ਫਰਿਆ ਕੇ ਕਈ ਅਖੀਰ ਦੇ ਵਿੱਚ, ਉਹ ਗੱਲ ਥੋੜਾ ਜਿਹਾ ਗੌਰ ਮੰਗਦੀ ਹੈ, ਥੋੜਾ ਜਿਹਾ ਨਹੀਂ ਬਹੁਤ ਜ਼ਿਆਦਾ ਗੌਰ ਮੰਗਦੀ ਹੈ, ਗੌਰ ਕਰਨਾ ਕਿਹਨੇ ਆ, ਜੇ ਕਾਂਗਰਸ ਕਰੇ ਤਾਂ ਬਿਹਤਰ ਹੋਏਗਾ, ਉਹ ਕਹਿੰਦੇ ਕਿ ਮੈਂ ਤਾਂ ਪਾਵਰਲੈਸ ਆਦਮੀ ਆ, ਮੈਂ ਤੇ ਪਾਵਰਲੈਸ ਆਦਮੀ ਆ, ਮਤਲਬ ਕਿ ਜਿੰਨੀ ਮੇਰੇ ਕੋਲ ਪਾਵਰ ਹੈ ਮੈਂ ਉਨੀ ਵਰਤਦਾ, ਤਾਂ ਕਹਿਣ ਦਾ ਮਤਲਬ ਕਿ ਕਾਂਗਰਸ ਨੂੰ ਉਹ ਸੰਦੇਸ਼ ਦੇ ਰਹੇ ਸੀਗੇ ਜਾਂ ਸੰਕੇਤ ਦੇ ਰਹੇ ਸੀਗੇ ਕਿ ਜਾਂ ਤਾਂ ਭਾਈ ਕੰਪਰੋਮਾਈਜ਼ਡ ਆਫੀਸਰ ਚੁਣ ਲਓ ਜਾਂ ਫਿਰ ਆਪਦਾ ਪ੍ਰਧਾਨ ਚੁਣ ਲਓ, ਦੋਨਾਂ ਚੋਂ ਇੱਕ ਧਿਰ ਤੁਹਾਨੂੰ ਛੱਡਣ ਦਾ ਨਹੀਂ। ਸੋ ਉਹਨਾਂ ਦਾ ਇੱਕ ਤਰ੍ਹਾਂ ਨਾਲ ਕਹਿਣਾ ਕਿ ਮੈਂ ਪਾਵਰਲੈਸ ਆ, ਮਤਲਬ ਕਿ ਮੇਰੇ ਕੋਲ ਜਿੰਨੀ ਪਾਵਰ ਆ ਮੈਂ ਉਨੀ ਵਰਤ ਰਿਹਾ, ਤਾਂ ਉਹ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਵੀ ਸੰਬੋਧਨ ਕਰ ਗਏ ਕਿਤੇ ਨਾ ਕਿਤੇ ਕਿ ਤੁਸੀਂ ਮੈਨੂੰ ਪਾਵਰ ਦੇ ਨਾਲ ਲੈਸ ਕਰ ਦਿਓ, ਹੁਣ ਤਾਂ ਪਾਵਰਲੈਸ ਆ, ਪਾਵਰ ਦੇ ਨਾਲ ਲੈਸ ਕਰ ਦਿਓ ਫਿਰ ਦੇਖੋ ਕਮਾਲ ਹੈ, ਹੁਣ ਲੋਕ ਪਤਾ ਨੀ ਕਰੂਗੇ ਕਿ ਨਹੀਂ ਕਰੂਗੇ। ਸੋ ਇਹ ਕਾਫੀ ਜ਼ਿਆਦਾ ਬਿਆਨਬਾਜ਼ੀ ਹੋਈ ਆ, ਇੱਥੋਂ ਤੱਕ ਕਿ ਤੇਲ ਦੀਆਂ ਕੀਮਤਾਂ ਘਟਾਈਆਂ ਨੇ ਇਹਨਾਂ ਨੇ, ਤਾਂ ਤੇਲ ਦੀਆਂ ਕੀਮਤਾਂ ਪੇ ਵੀ ਉਹਨਾਂ ਨੇ ਕਹਿ ਦਿੱਤਾ ਕਿ ਕੀ ਗਰੰਟੀ ਆ ਕਿ 5 ਸਾਲ ਨਹੀਂ ਵਧੇਗਾ, ਪਰ ਕੀ ਗਰੰਟੀ ਇਹ ਆ ਕਿ ਤੁਸੀਂ 5 ਸਾਲ ਲਈ ਸਰਕਾਰ ਦੁਬਾਰਾ ਬਣਾਓਗੇ? ਬਿਲਕੁਲ ਸਹੀ, ਕਿੰਨੀਆਂ ਕਿਹੋ ਜਿਹੀਆਂ ਗੱਲਾਂ ਕਰਦੇ ਨੇ, ਹੁਣ ਮੈਂ ਕਈ ਵਾਰ ਆਰਾਮ ਰਹਿ ਜਾਂਦਾ ਹਾਂ, ਤੇ ਚਲੋ ਠੀਕ ਆ, ਮੁੱਦੇ ਜਿਹੜੇ ਆ ਉਹ ਸੈਂਸਿਟਿਵ ਮੁੱਦੇ, ਜਜ਼ਬਾਤੀ ਮੁੱਦੇ ਉਹ ਵੀ ਚੁੱਕਣੇ ਚਾਹੀਦੇ ਆ, ਡਿਵੈਲਪਮੈਂਟ ਦੇ ਵੀ ਚੁੱਕਣੇ ਚਾਹੀਦੇ ਆ, ਜੇ ਅੱਜ ਦੀ ਤਾਰੀਖ ਦੇ ਵਿੱਚ ਵੇਖੋ ਬੇਰੁਜ਼ਗਾਰੀ ਬੜਾ ਵੱਡਾ ਮੁੱਦਾ ਹੈ, ਉਹਨੂੰ ਛੋਹਿਆ ਹੀ ਨਹੀਂ ਜਾ ਰਿਹਾ, ਸਾਡੀ ਅਨਇੰਪਲੋਇਮੈਂਟ ਦਰ ਜਿਹੜੀ ਸੀਗੀ ਅਕਤੂਬਰ ਦੇ ਵਿੱਚ 11.4 ਹੈ ਪੰਜਾਬ ਦੀ, 11.4 ਤਾਂ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਸਾਡੀ ਦਰ ਜਿਹੜੀ ਹੈ 5 ਤੇ ਲਿਆਉਣੀ ਚਾਹੀਦੀ ਹੈ, ਬਹੁਤ
हद तक ला लो कि 5-6 दे विचाले चले जाए, यानी सानू बहुत कम करने की जरूरत है। पर वो क्योंकि तुहानू पता ही है, तुहानू मैं एक चीज दस दिना कि नवजोत सिंह सिद्धू, उही नवजोत सिंह सिद्धू ने जिन्हों की बहुत ज्यादा मुखालफत की जाती थी उन्होंने धार्मिक मानतावान करके, अज उही लोग उन्होंने फैन हो गए हैं। उसका रीजन है, एक कारण है। कभी पॉलिटिक्स में जो आप डूंगे चश्मे देखते हैं ना, गहरी खाई तक जाने, ये पता लगता क्योंकि जज्बाती मुद्दे चुकने नवजोत सिंह सिद्धू का एक तरह ना कह लो मजबूरी वाला पक्ष भी है, क्योंकि उहदे नाल ही समर्थन जुड़ता है, उहदे नाल ही एक प्रेशर बिल्ड होता है। जी जी जी। सो ये चीज जिहड़ी आ वो इस करके घुमास रहा कि उत्थे ले आंदे ने, ते फिर हुण नतीजा ये निकलिया कि देखो तेल दीआं कीमतां ते भी उहनां नूं कमेंट करना पिया, पर वो कमेंट बिल्कुल रोंग है। तुसीं दसो ठीक है कि 5 साल की गारंटी राहत सरकार दिंदी, हाँ तुसीं ये गल कहो कि हाँ भाई वैट और घटा दो भी, जिवें जिवें जे कच्चे तेल दीआं कीमतां वधूगीआं तां असीं अपना जिहड़ा टैक्स है वो घट करांगे, मेरा यह सुझाव है बतौर प्रधान, ताकि एक तवाजन बनया रहे कीमत दे विच। पर 5 साल वाली गल जिहड़ी कही मैं बड़ी अजीब हो गई जी लगी। खैर उस तों बाद फिर इहनां दी मीटिंग होई है, मीटिंग दे विच की गलबात होई उह तां जनतक नहीं हुंदा, पर कुछ हद तक दसदे आ कि नवजोत सिंह सिद्धू ने अपने जिहड़ी उहनां दी है दिल दी गल कि उह दस दित्ती आ कि आह बंदे जिहड़े आ आह नियुक्तियां जिहड़ियां उह भाई तुसीं ठीक करो। जी, वॉइस ऑफ सिटी 1320 AM चावला न्यूज नेटवर्क टोरंटो, स्टूडियो नंबर 9058131320958131320। पुलिस पता लगा है कि आखिरकार जिहड़ा है सुनरिया जिहड़ी जेल है उत्थे पहुंची है सबदा साथ दे कोलों पुछगिछ करन वास्ते। हां जी देखो गए सीगे सवेरे साजरे गए, दिन दे चढ़ाण वाले चले गए सन, ते दिन दे छपा तो बाद मुड़े ने उस एस आई टी के मुखविंदर सिंह भुल्लर माझे के बड़े मशहूर अफसर ने, वो भी सी या परमार साहब भी है एस पी एस परमार, वो भी गए थे। इस तरह तड़के ही चले गए थे जेल के अंदर, तो देख लो कि हम घंटा को हो गया होना, घंटा डेढ़ घंटा पहला उदों परती नहीं, उन्होंने कोई गल की नहीं है। वैसे मीडिया के नाल बोले ने परमार साहब, क्योंकि बड़े तुहानू पता ही है जिस तरह बोलते होंगे सलीकेदार अफसर नहीं, परंतु उन्होंने कोई वाई सुवाई नहीं कटी। इतों तक के एक पत्रकार कहता, पत्रकार भी कई बार सवाल केडे मेडे कर लेंगे ने, तो उसकी दाढ़ी दा रंग कहो जिहा सी इन्ना ही दस दिओ, उन्होंने कहा नहीं मैं परसनल सवाल भी नहीं लेना, मैं परसनल सवाल नहीं लेना, साडे वास्ते परसनल चीजा ने, उत्थे प्रोफेशनल चीजा जो करना चाहिए बिल्कुल, ये होंगे जवाब जी जी, ये होंगे अध्यापक कि नहीं भाई असि असि परसनल थोड़ी इतने देख गए परसनल थोड़ी कोई इनफॉरमेशन डिस्कलोज करा, तो वो की आ कि हाई कोर्ट ने पहला ही एक ऑर्डर दिता हुआ है कि एक तो यह कि जी एस आई टी है डायरैक्ट मतलब कि रिपोर्ट करेगी सानू अदालत जुडिशरी सिस्टम, और दूसरा यह कि प्रेस कॉन्फ्रेंस वगैरह तुम्हें पता ही है अगे किमें कुंवर विजय प्रताप सिंह उलझ गए सर, बहुत बुरी तरह फिर उन्होंने रिपोर्ट जी डिगी सी। तो अज नवजोत सिंह सिद्धू ने भी यह सवाल चुके थे कि भाई एस आई टी नोटे 6 महीने हो गए, हाई कोर्ट ने आख्या कि 6 महीनों च रिपोर्ट दो, इन की रिपोर्ट कितने है। तो फिर हूँ गल यह है कि कोर्ट के जो ये रिपोर्ट दाखिल करे उस बाद ही पता लगेगा कि वेद किस तरह के सवालत होए ने, किस तरह उन्हें जवाब दते ने, क्योंकि देखो जनतक तौर पर आप देखिए कि अधिकारित जानकारी ही योजे मामले देनी चाहिए जो है, क्योंकि अज आप कुछ होर अंदाजा लाइए कि ऐसा होया वैसा होया, तो कल जनतक हो जाने जब कागज जनतक तौर पर जो वो चीजा डोमेन के आ फिर उस टाइम कुछ होर निकले, वो चंगा यह है कि जो चीजा है रिकॉर्ड पे ने उसी रखा कि हाँ भाई आ होया गए ने, क्योंकि हाई कोर्ट के 2-3 दिन तक मेरे ख्याल के नाल दोबारा सुनवाई है इस मामले के, इन्होंने वो पूछगिछ कर ली है। हाँ एक उन्होंने संभावना जरूर जताई है कि हो सकता है कि कल नू फिर इस तरह इन्वेस्टिगेशन करिए, पर उसके वास्ते कि अलाउ करता उतों का जेल प्रबंध किया जा नहीं, ये सारिया चीजा जो कह लो कि हाल की घड़ी किसी को नहीं पता। ਮਿੰਦੂ ਜੀ, ਪਰਮਾਊ ਇਸ਼ਤਿਹਾਰਬਾਜ਼ੀ, ਵੈਸੇ ਤਾਂ ਪਰਮਾਊ ਇਸ਼ਤਿਹਾਰਬਾਜ਼ੀ ਵਰਲਡ ਵਾਈਡ ਵੈਸੇ ਜੇ ਵੇਖਿਆ ਜਾਵੇ ਤਾਂ ਚਰਚਾ ਦੇ ਵਿੱਚ ਹੈ,
ਹੁਣ ਲੱਗਦਾ ਕਿ ਸਤਾਰਿਆਂ ਤੇ ਵੀ ਸਕੰਜਾ ਕੱਸਿਆ ਜਾਊਗਾ, ਫਸਣਗੇ, ਕੀ ਕਹਿਣਾ ਚਾਹੋਗੇ? ਹਾਂ ਜੀ, ਦੇਖੋ ਇੱਕ ਐਸਾ ਲਾਅ ਲਿਆਉਣ ਦੀ ਤਿਆਰੀ ਹੈ ਪੂਰੇ ਇੰਡੀਆ ਦੇ ਵਿੱਚ ਕਿ ਜਿੱਦਾਂ ਕੋਈ ਪਰਮਾਊ ਇਸ਼ਤਿਹਾਰਬਾਜ਼ ਸੀ, ਮਤਲਬ ਕਿ ਦੇਖੋ ਕਈ ਲੋਕਾਂ ਦਾ ਲਗਾਅ ਹੁੰਦਾ ਜਿਹੜੀਆਂ ਸੈਲੀਬ੍ਰਿਟੀ ਬਹੁਤ ਜ਼ਿਆਦਾ ਫੇਮਸ ਹੁੰਦੀਆਂ ਤਾਂ ਉਹ ਜਦੋਂ ਐਡ ਵਗੈਰਾ ਦੇ ਵਿੱਚ ਆਉਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਪ੍ਰਭਾਵ ਰਹਿੰਦਾ ਉਸ ਚੀਜ਼ ਦਾ ਕਿ ਯਾਰ ਇਹ ਬ੍ਰਾਂਡ ਅੱਛਾ ਹੀ ਹੋਏਗਾ। ਜਿੱਦਾਂ ਅਮਿਤਾਭ ਬੱਚਨ ਹੈ, ਮੇਰੇ ਖਿਆਲ ਦੇ ਨਾਲ ਅਮਿਤਾਭ ਬੱਚਨ ਨੂੰ ਫਿਲਮ ਕਰਨ ਦੀ ਜ਼ਰੂਰਤ ਹੀ ਨਹੀਂ, ਜਿੰਨੀ ਐਡ ਉਹਦੇ ਕੋਲ ਆ ਤਾਂ ਮੇਰੇ ਖਿਆਲ ਦੇ ਨਾਲ ਉਹਨੂੰ ਹੋਰ ਕੋਈ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਉਹ ਐਡ ਹੀ ਕਰੀ ਜਾਵੇ ਬਹੁਤ ਜ਼ਿਆਦਾ। ਪਰੰਤੂ ਹੁੰਦਾ ਕੀ ਆ ਕਿ ਇੱਕ ਦੋ ਮਾਮਲਿਆਂ 'ਚ ਜਿਵੇਂ ਮਹਿੰਦਰ ਸਿੰਘ ਧੋਨੀ ਦਾ ਇੱਕ ਬਿਲਡਰ ਦੇ ਨਾਲ ਸੀ, ਵੈਸੇ ਇਹ ਵੀ ਪਾਇਆ ਗਿਆ ਸੀਗਾ ਪਹਿਲਾਂ ਕਿ ਉਹਦੇ ਖੁੱਬੇ ਵੀ ਸ਼ੇਅਰ ਹੈ ਪਤਨੀ ਦੇ, ਪਰ ਬਾਅਦ ਦੇ ਵਿੱਚ ਇਸ ਗੱਲ ਤੋਂ ਉਹਨਾਂ ਨੇ ਡਰਾਈ ਕੀਤਾ ਸੀਗਾ ਜਾਂ ਕਿਹਾ ਸੀਗਾ ਕਿ ਅਸੀਂ ਕੱਦ ਕਢਾ ਲਏ ਨੇ। ਉਹ ਫਿਰ ਮੁੜ ਕੇ ਹੋਇਆ ਕੀ ਸੀਗਾ ਕਿ ਪੈਸੇ ਜਿਹੜੇ ਆ ਉਹ ਫਸੇ ਫਸ ਗਏ ਸੀਗੇ ਲੋਕਾਂ ਦੇ, ਮਾਮਲਾ ਕੋਰਟ ਕਚਹਿਰੀ ਤੀਕ ਦੇ ਗਿਆ। ਅੱਛਾ, ਹੁਣ ਉਸ ਤੋਂ ਬਾਅਦ ਇਹ ਸਵਾਲ ਉੱਠਣੇ ਸਟਾਰਟ ਹੋ ਗਏ ਸੀਗੇ ਕਿ ਭਾਈ ਕਈ ਵਾਰ ਕੀ ਹੁੰਦਾ ਹੈ ਕਿ ਕੁਛ ਐਸੀਆਂ ਕੰਪਨੀਆਂ ਜਿਹੜੀਆਂ ਕਿ ਵਾਅਦੇ ਦੇ ਮੁਤਾਬਕ ਸਾਰਾ ਕੁਛ ਗਾਹਕ ਨੂੰ ਨਹੀਂ ਦਿੰਦੀਆਂ, ਪਰ ਗਾਹਕ ਉਸ ਕੰਪਨੀ ਕੋਲ ਤਾਂ ਕਰਕੇ ਫਸਿਆ ਹੁੰਦਾ ਕਿਉਂਕਿ ਉਹਦੀ ਸਾਰੀ ਇੰਡੋਰਸਮੈਂਟ ਜਿਹੜੀ ਹੁੰਦੀ ਹੈ ਉਹ ਕਰਦੀ ਹੈ ਕੋਈ ਵੱਡੀ ਹਸਤੀ। ਤਾਂ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਕਾਨੂੰਨ ਜਿਹੜਾ ਉਹ ਇੰਡੀਆ 'ਚ ਆ ਰਿਹਾ, ਸ਼ਾਇਦ ਉਹਦਾ ਨਾਮ ਕੁਛ ਇਸ ਤਰ੍ਹਾਂ ਦਾ ਕਿ ਬੈਨਿੰਗ ਆਫ ਅਨਰੈਗੂਲੇਟਡ ਡਿਪੋਜ਼ਿਟ ਸਕੀਮ ਰੂਲਸ, ਕੁਛ ਇਸ ਤਰ੍ਹਾਂ ਦਾ ਕਿ ਮਤਲਬ ਕਿ ਜਿਹੜੀਆਂ ਹੁਣ ਜਿੱਦਾਂ ਇਹ ਮੈਂ ਬਿਲਡਰ ਵਾਲੀ ਗੱਲ ਦੱਸੀ ਆ ਤਾਂ ਉਹਦੇ ਵਿੱਚੋਂ ਜੇ ਤੁਸੀਂ ਅੱਗੇ ਜਾ ਕੇ ਵੇਖੋਗੇ ਕੁਛ ਇੱਦਾਂ ਦੀਆਂ ਸਕੀਮਾਂ ਵੀ ਹੁੰਦੀਆਂ ਨੇ ਜਿੱਦਾਂ ਆਪਾਂ ਦੇਖਦੇ ਨੀ ਕਿ ਇਹਦੇ 'ਚ ਇਨਵੈਸਟਮੈਂਟ ਕਰੋ ਤੁਹਾਨੂੰ ਆਹ ਰਿਟਰਨ ਮਿਲਣਗੇ, ਤਾਂ ਕਈ ਵਾਰ ਉਹ ਕੰਪਨੀਆਂ ਸਕੀਮ ਤੇ ਕੀ ਉਹਨਾਂ ਨੇ ਦੇਣੀ ਉਹ ਸਕੀਮ ਲਾ ਜਾਂਦੀਆਂ। ਬਿਲਕੁਲ, ਇੱਕ ਐਸਾ ਕਾਨੂੰਨ ਜਿਹੜਾ ਆ ਉਹ ਲਿਆ ਸਕਦੇ ਆ ਜਿਹਦੇ 'ਚ ਇਸ ਤਰ੍ਹਾਂ ਹੋਣ ਤੇ 1 to 5 years ਤੱਕ ਦੀ ਸਜ਼ਾ ਦਾ ਪ੍ਰਬੰਧ ਹੋਏਗਾ, ਬਹੁਤ ਵੱਡੀ ਸਜ਼ਾ ਹੋਏਗੀ ਕਿਸੇ ਵੀ ਸ਼ਟਾਰੇ ਵਾਸਤੇ, ਕਿਸੇ ਵੀ ਹਾਸੀ ਵਾਸਤੇ। ਉਹਦੇ 'ਚ ਕੀ ਆ ਕਿ ਜਿਹੜੇ ਸਟਾਰ ਪ੍ਰਚਾਰਕ ਹੋਣਗੇ ਇਸ ਤਰ੍ਹਾਂ ਦੇ, ਉਹਨਾਂ ਦਾ ਕਿਤੇ ਨਾ ਕਿਤੇ ਹੈਗਾ ਲੋਕ ਥੋੜਾ ਡਰ ਰਹੇਗਾ ਕਿ ਹਾਂ ਭਾਈ ਜੀ ਇੱਦਾਂ ਹੋ ਗਿਆ, ਸਾਨੂੰ ਕੰਪਨੀ ਭੱਜ ਜਾਂਦੀ ਆ ਜੋ ਅਸੀਂ ਮਤਲਬ ਕਿ ਇੰਡੋਰਸ ਕਰਕੇ ਜੋ ਅਸੀਂ ਵਾਅਦਾ ਲੋਕਾਂ ਨਾਲ ਕਰ ਰਹੇ ਹਾਂ ਉਹ ਉਹਦੇ 'ਤੇ ਖਰਾ ਨਹੀਂ ਉਤਰਦੀ ਤਾਂ ਫਿਰ ਸਾਡਾ ਕੀ ਬਣੇਗਾ। ਸੋ ਇਹ ਚੀਜ਼ਾਂ ਨੇ। ਬਾਕੀ ਹੁਣ ਦੇਖੋ ਕਹਿੰਦੀ ਹੈ ਕਿ 10 lakh rupees ਦੇ 'ਚ ਜੁਰਮਾਨਾ ਵੀ ਲਾਇਆ ਜਾਏਗਾ, ਅੱਗੇ ਕੀ ਬਣਦਾ ਦੇਖੋ, ਝੱਕ ਨਹੀਂ ਲਾਉਂਦੇ। ਪਰ ਮੇਰੇ ਖਿਆਲ ਦੇ ਨਾਲ ਹੋਰ ਵੀ ਬਹੁਤ ਕੁਛ ਕਰਨ ਦੀ ਜ਼ਰੂਰਤ ਆ। ਇੱਧਰ ਪਿੰਡਾਂ ਪੁੰਡਾਂ 'ਚ ਤੇ ਆਪਾਂ ਹੁਣ ਦੇਖਦੇ ਹਾਂ ਕਿ ਬਹੁਤ ਹੀ ਕੰਪਨੀਆਂ ਤੁਰੀਆਂ ਫਿਰਦੀਆਂ ਨੇ ਜਿਹੜੀਆਂ ਰਜਿਸਟਰਡ ਨਹੀਂ ਹੁੰਦੀਆਂ, ਲੋਕ ਬੜੇ ਆਸਾਨੀ ਦੇ ਨਾਲ ਪਿਛਲਾ ਵੀ ਲਾ ਜਾਂਦੇ ਆ। ਇੰਡੀਆ ਦੇ ਵਿੱਚ ਪੌਂਜੀ ਇਹਨਾਂ ਨੂੰ ਕਹਿੰਦੇ, ਪੌਂਜੀ ਕੰਪਨੀਆਂ ਜਿਹੜੀਆਂ ਹੁੰਦੀਆਂ ਸਕੀਮ ਲਾ ਕੇ ਬਹੁਤ ਜ਼ਿਆਦਾ ਲੁੱਟ ਕਰਦੀਆਂ ਨੇ। ਇਹ ਸਾਰਾ ਕੁਛ ਹੀ ਹੈ ਜਿਹੜਾ ਵੇਖਣ ਦੀ ਜ਼ਰੂਰਤ ਹੈ। ਚਲੋ ਖਾਸ ਮਾਮਲਿਆਂ ਦੇ ਵਿੱਚ ਤੇ ਇੱਦਾਂ ਦੀ ਸਜ਼ਾ ਰੱਖ ਦੇਣਗੇ, ਪਰੰਤੂ ਜੋ ਹੇਠਲੇ ਪੱਧਰ ਤੇ ਬਹੁਤ ਆਸਾਨੀ ਨਾਲ ਅਨਪੜ੍ਹੇ ਲੋਕ ਜਾਂ ਅਨਪੜ੍ਹੇ ਲੋਕ ਜਿਹੜੇ ਆ ਉਹ ਇਹੋ ਜਿਹੀਆਂ ਕੰਪਨੀਆਂ ਦੇ ਝਾਂਕੇ 'ਚ ਆ ਜਾਂਦੇ, ਉਹਨਾਂ ਬਾਰੇ ਵੀ ਸੋਚਣ ਦੀ ਜ਼ਰੂਰਤ ਆ। ਨਿਯੁਕਤੀਆਂ ਪਹਿਲਾਂ ਵੀ ਚਰਚਾ 'ਚ ਰਹੀਆਂ ਨੇ, ਕੁਝ ਤਰਸ ਦੇ ਆਧਾਰ 'ਤੇ, ਰਹਿਮ ਦੇ ਆਧਾਰ ਦੇ ਉੱਤੇ, ਜਿਨ੍ਹਾਂ 'ਤੇ ਤਰਸ ਹੋਣਾ, ਰਹਿਮ ਹੋਣਾ, ਉਹਨਾਂ 'ਤੇ ਡਾਂਗਾ ਰਹਿਮ ਕਰਦੀਆਂ ਨੇ, ਹਾਂਜੀ ਪਾਣੀ ਦੀਆਂ ਪਛਾੜਾਂ ਰਹਿਮ ਕਰਦੀਆਂ ਨੇ। ਇੱਧਰ ਪਤਾ ਲੱਗਾ ਕਿ ਰੰਧਾਵਾ ਸਾਹਿਬ ਦੇ ਦਿਮਾਗ ਦੀ ਨਿਯੁਕਤੀ 'ਤੇ ਫੇਰ ਪੰਗਾ ਪੈ ਗਿਆ, ਕੀ ਕਹਿਣਾ ਚਾਹੋਗੇ? ਦੇਖੋ ਗੱਲ ਕੀ ਆ, ਮੈਨੂੰ ਨਾ ਮੁੱਲਾ ਨਸੀਰਉਦੀਨ ਦੀ ਇੱਕ ਕਹਾਣੀ ਯਾਦ ਆਉਂਦੀ ਆ। ਮੈਂ ਇੱਕ ਵਾਰੀ ਟੈਲੀਵਿਜ਼ਨ 'ਚ ਨਿੱਕੇ ਜਿਹੇ ਹੁੰਦੇ ਨੇ ਦੇਖੀ ਸੀ ਤੇ ਉਹ ਬੱਕਰਾ ਰੱਖਿਆ ਹੁੰਦਾ ਉਹਨੇ ਚੰਗਾ, ਉਹਨੂੰ ਖਿਲਾਉਂਦਾ ਪਿਲਾਉਂਦਾ ਆ ਤੇ ਮੋਟਾ ਤਾਜ਼ਾ ਕਰ ਲੈਂਦਾ ਵੀ ਚਲੋ ਈਦ ਤੇ ਆਪਾਂ ਵਧਾਂਗੇ ਜਾਂ ਵੇਚਾਂਗੇ, ਪਤਾ ਨੀ ਉਹ ਕਿਸ ਤਰੀਕੇ ਨਾਲ ਉਹਨੇ ਸੋਚਿਆ ਹੋਏਗਾ ਕਿ ਕਮਾਈ ਕਰਾਂਗੇ। ਤੇ ਉਹ ਜਿਹੜਾ ਇੱਕ ਗੁਆਂਢੀ ਸੀ ਉਹ ਬੜਾ ਸ਼ਰਾਰਤੀ ਸੀ, ਉਹਨੇ ਕਿਹਾ ਬੱਕਰਾ ਚੰਗਾ ਤੇ ਜੇ ਕੋਈ ਬਹਿ ਜਾਵੇ ਤੇ ਨਜ਼ਾਰਾ ਆ ਜੂ। ਉਹਨੇ ਸਕੀਮ ਲਾਈ, ਉਹਨੇ ਆਖਿਆ ਵੀ ਮੁੱਲਾ ਗੱਲ ਇਹ ਆ ਕਿ ਭਾਈ ਪਰਲੋ ਆ ਜਾਣੀ, ਇੱਕ ਦਿਨ ਰਹਿ ਗਿਆ ਵੀ ਮਤਲਬ ਕਿ ਪਰਲੋ ਆ ਜਾਣੀ ਆ, ਦੁਨੀਆਂ ਖਤਮ ਹੈ, ਬਸ ਅੱਜ ਦਾ ਦਿਨ ਹੈਗਾ ਤੇ ਕਿਉਂ ਨਾ ਆਪਾਂ ਜਿਹੜਾ ਬੱਕਰਾ ਹੈਗਾ ਤੇ ਕੀ ਕਰਨਾ, ਸਾਰੀ ਦੁਨੀਆਂ ਤੇ ਜਿਹੜੀ ਉਹ ਗਰਕ ਜਾਣੀ ਆ, ਕੋਈ ਜਿੰਦਾ ਬਚਣਾ ਨਹੀਂ ਹੈ, ਅੱਜ ਦੀ ਰਾਤ ਕਿਉਂ ਨਾ ਜਸ਼ਨ ਦੀ ਰਾਤ ਕਰ ਲਈਏ। ਠੀਕ ਹੈ ਲੈ ਲੈ ਜਾ, ਲੈ ਜਾ ਨੱਚਾਂਗੇ ਸਾਰੀ ਰਾਤ ਹੈ ਨਾ, ਤੇ ਚਲੋ ਉਹ ਕਹਿੰਦਾ ਲੈ ਜਾ ਕੋਈ ਗੱਲ ਨੀ, ਉਹਨੇ ਜਾ ਕੇ ਖਟਕਾ ਦਿੱਤਾ।
अच्छा मुले ने भी इन्होंने न्योता भेजता कि आ जा भाई मुला आ जा। अच्छा रात जशन होया ठंड का दिन सीगा तो बालदे नहीं होंगे जी भट्ठी की ठंड ना लगती मुला ने जला दी। चलो सारी रात जशन चलिया तड़के जो निखड़ लगे तो मुले का धन्यवाद किया गुआढ़ी ने नाले आख्या कि यार मुला जी परलो तो जी ढल गई है पर चलो जिम्मे कि अपनी दावत ही कब आ गई है परंतु यार आ जी तू बाली है भट्ठी जी लागे जोड़ा कपड़ा है वो तो मैनू मेरी कमीज लगती है कमीज लगती ये की किया सिल्क की कमीज थी कहता कहता हाँ मैं भी तो फिर यही गल सोची ना कि परलो आ जानी आ मैं सारे आंढ गुआढ़ के जो सिल्क के सूट से लिया के आग बाली आग बाली सवेरे जो बंदा ही नहीं बचना तो उठे फिर सिल्क के सूट सिल्क मारने हूं इतने आ ही है कहानी कि एक चलाकी नाल बकरा लै जांदा जे दूजा ओहदे लीड़े आई कहानी आ गई क्या बात है जी आ कहानी है कि देखो गल ये आ अमरिंदर सिंह ने इो किया अमरिंदर सिंह भी सोशल मीडिया की टीम दिया नियुक्तियां वेख लो लख लख रुपए तक तनखा दिखा जड़िया पाया पोस्ट ही दो दो रुपये से ट्रीट करने वाले रोजगार भी मिल जाते हैं। सो गल यह है कि पहला उन्होंने इस तरह किया ताड़ रखी सलाहकार मार किसी ने कुछ किसी ने कुछ तो अज के दौर के जे तुम देखोगे तो जेडे पावर के आए उन्होंने भी उ कुछ कर रहे ना वो जिदा डर लगा उन्हें बकरा खा लिया चलाकी जिदा डर लग्या बस सूट सज जाता सिल्क बस ये सब कुछ होंगे ही है। नवजोत सिंह सिद्धू का सपुत्र भी लग गया एडवोकेट जनरल दफ्तर किसी समय जो रौला पिया गल बाहर आ गई नवजोत सिंह सिद्धू ने मतलब की नियुक्ति जी फिर मोड़ दी थी एडवोकेट जनरल जो होंगे तत्कालीन अपनी बंदा उन्हों की बीवी थी उन्होंने नाम रमजा हकीम नियुक्ति आप कही के पारदर्शिता का एक बहुत उत्तम नमूना है। नियुक्तियां इसे तरह ही होंदिया ने बस जिदे हिस्से च जिन्ना कोटा आ उन्ना छोटा उन्ना मोटा कर लेंदा है। इसे तरह अमरिंदर सिंह के दो सज्जन पढ़ते सन इन्ह के नाल हिमाचल वाला स्कूल लिया। अच्छा गांव उन्होंने पता नहीं पोतर के पोतरे वो दो इन्होंने रखी सी रखण का इन्हों का मजाक भी निराला सी डायरैक्ट भर्ती किए सन डायरैक्ट पुलिस महकमे के अज भी आने जे कोई मेरी गल सुन क्योंकि ऑन रिकॉर्ड गला ने चैलेंज नहीं कर सकता तो वो नियुक्तियां कीतियां सन दो नियुक्तियां पता किस तरह कीतियां कि एक तो पहाड़ा से चढ़ के आया ट्रैकिंग करके आया इन रैंक देवे तगड़ा रैंक दिता एक इतने मेरे जिले का मैं ता जानता वो मुंडा फौज के बिचों आया हूँ फौज के बिचों पता नहीं की कारण रहे हो चंगे तगड़े रैंक तो उन्होंने भी डीएसपी लाया अजे अजे भी लगा अजे भी लगा। सो नियुक्तियां बहुत बैंक सिंह के पोतरे कि लाया कि ना जी जी कमाल की गल अज भी मैनू याद आ कि जेड़ी कह लो कि पैरामीटर की गाज डिगी सी कलर्कां ते कि उन्हां दी ग्रैजुएशन किसी बाहर दी यूनिवर्सिटी तो आ उन्हां दी नियुक्तियां रद्द हो गई ता इस मुंडे की जिहड़ी ग्रैजुएट की डिग्री है वो पेरियर यूनिवर्सिटी की है तमिलनाडु की ठीक होंगे सो नियुक्तियां आलवेज विवादती रहिंदियां ने ये नियुक्तियां सुखबीर सिंह बादल वेले की होया सी साडे एरिए दे विचों बहुत सारे सीएलडी जी शायद भर्ती करते सन बड़ा रौला पै गया इको इको उन्होंने अपने हल्के जितों चोन लड़ते हैं उतो ग्रुप बन गया सो यह चीजा ने नियुक्तियां हमेशा क्योंकि जो नियुक्तियां पोलिटिकल सिस्टम ने जाना हूं जे तुम देखो एडवोकेट जनरल के दफ्तर च घट्टो घट्ट 100-200 बंद की जी लीगल टीम होंगी है ठीक है हूं जे तो कोई चंगा हाकम हो गए वो कहे कि हां भाई एडवोकेट जनरल केड़ा लाना है आप मैरिट देखांगे अच्छा वकील केड़ा वा ठीक है जी जिन्हों तजर्बा तो वो आप छड़ देंगे कि उन्हें टीम किस तरह भी चुननी है बिल्कुल बिल्कुल हो गया कम वधीक एडवोकेट जनरल किनू लाना है आप उन्होंने छड़ांगे कि भाई सानू रिजल्ट चाहिए ने सानू रिजल्ट चाहिए टीम जिड़ी मर्जी लवो साड़ी रिजल्ट आने जो थोड़ी टीम ही
ਬੇਕਾਰ ਹੈ ਤੁਹਾਡੀ ਕੰਪਨੀ ਡੁੱਬ ਗਈ ਸਮਝੋ ਇਹਨਾਂ ਦੀ ਕੰਪਨੀ ਤਾਂ ਡੁੱਬੀ ਹੈ ਕਿਉਂਕਿ ਇਹਨਾਂ ਦੀ ਟੀਮ ਹਮੇਸ਼ਾ ਕੋਈ ਬੇਕਾਰ ਰਹੀ ਹੈ ਇਸ ਟੈਨਿਓਰ ਦੇ ਵਿੱਚ ਅਜੇ ਵੀ ਟੀਮ ਨਹੀਂ ਨਾ ਬਣ ਰਹੀ ਜੀ ਜੀ ਸਿੱਧੂ ਜੇ ਕਹਿ ਲਈਏ ਕਿ ਭੜਾਸ ਕਰਦਾ ਉਹ ਇਸੇ ਚੀਜ਼ ਦੀ ਕਰਦਾ ਹੈ ਨਾ ਜੀ ਜੀ ਕਿ ਭਾਈ ਅੱਛੇ ਬੰਦੇ ਲੱਗਣੇ ਚਾਹੀਦੇ ਸੋ ਇਹੀ ਰੌਲਾ ਹੈ ਇਹੀ ਹਾਲ ਦੁਆਈ ਹੈ ਬਾਕੀ ਦੇਖੋ ਅੱਗੇ ਜਾ ਕੇ ਹੁਣ ਕੀ ਬਣਦਾ ਕੀ ਬਣਾਉਂਦਾ ਇਹਨਾਂ ਨੇ ਜਵਾਈ ਨੂੰ ਵਧੀਕ ਐਡਵੋਕੇਟ ਜਨਰਲ ਲਾ ਦਿੱਤਾ ਫਿਰ ਤੁਹਾਨੂੰ ਪਤਾ ਹੀ ਵੈਸੇ ਕਾਂਗਰਸ ਦਾ ਜਵਾਈਆਂ ਵਾਲਾ ਮਸਲਾ ਬਹੁਤ ਵਿਗੜਦਾ ਕਿਹੜਾ ਕਿ ਕਾਂਗਰਸ ਦਾ ਉਹਦਾ ਮਸਲਾ ਸੀ ਜਵਾਈ ਦਾ ਤਰਸ ਦੇ ਆਧਾਰ ਤੇ ਨਾ ਸੀ ਵਾਲਾ ਫਿਰ ਇਹ ਆ ਗਿਆ ਹੁਣ बहुत बहुत शुक्रिया मिंटू जी ठीक ठाक हो गला ठीक हो गया हुण नहीं मैं ठीक नहीं है जी पर मैं मेरे बैक पेन ने कि मेरा शरीर खड़ गया सी विचों फिर मेनू लेके गए ने हुण चलो थोड़ा चल रहा जी तंदुरुस्त हो गेट वेल सून थैंक यू वेरी मच तुसी सुन रहे हो चावला न्यूज़ नेटवर्क टोरंटो CNN टोरंटो।